ਜਦੋਂ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਿਰਾਸ਼ ਹੋ ਜਾਂਦੇ ਆ ਜਾਂ ਦੁਬਿਧਾ ਵਿੱਚ ਫਸ ਜਾਂਦੇ ਆ ਤੇ ਫਿਰ ਉਹ ਤੁਹਾਡਾ ਕੰਮ ਸਿਰੇ ਨਹੀਂ ਲੱਗਦਾ। ਉਹਨਾਂ ਚਿਰ ਉਮੀਦ ਨਹੀਂ ਛੱਡਣੀ ਚਾਹੀਦੀ ਜਿੰਨਾ ਚਿਰ ਤੁਹਾਡੀ ਮੰਜ਼ਿਲ ਜਿਹੜੀ ਹੈ ਉਹ ਤੁਹਾਨੂੰ ਮਿਲ ਨਹੀਂ ਜਾਂਦੀ। ਦਾਸ ਨੂੰ ਗੁਰੂ ਦੀ ਸੰਗਤ ਦੇ ਉੱਤੇ ਤੇ ਆਪਣੇ ਗੁਰੂ ਦੇ ਉੱਤੇ ਆਪਣੇ ਆਪ ਦੇ ਉੱਤੇ ਇੰਨਾ ਕੁ ਭਰੋਸਾ ਹੈ ਕਿ ਜੋ ਕਿਹਾ ਜਾ ਰਿਹਾ ਹੈ, ਜੋ ਤੁਸੀਂ ਸੁਣ ਰਹੇ ਹੋ ਬਿਲਕੁਲ ਦਿਲੋਂ ਕਿਹਾ ਜਾ ਰਿਹਾ, ਉਹ ਪੰਜਾਬ ਤੇ ਪੰਥ ਦੇ ਭਲੇ ਲਈ ਕਿਹਾ ਜਾ ਰਿਹਾ। ਖਬਰ ਲੈਂਦੇ ਹਾਂ ਅੰਮ੍ਰਿਤਸਰ ਤੋਂ, ਜਿੱਥੇ ਅੰਮ੍ਰਿਤਸਰ ਵਿੱਚ ਭਾਈ ਧਿਆਨ ਸਿੰਘ ਮੰਡ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਅੱਜ ਸਿੱਖ ਕੌਮ ਵੱਡੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਹੈ, ਜਿਸ ਦਾ ਲਾਹਾ ਲੈਂਦੇ ਆ ਪੰਥ ਵਿਰੋਧੀ ਸ਼ਕਤੀਆਂ ਨੇ ਸਿੱਖੀ ਉੱਤੇ ਹਮਲੇ ਤੇਜ਼ ਕਰ ਦਿੱਤੇ ਨੇ। ਇਸ ਨਾਲ ਪੰਜਾਬ ਵੀ ਪੀੜਤ ਹੋ ਗਿਆ ਅਤੇ ਸਿੱਖਾਂ ਦੇ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਹੋਣ ਪਿੱਛੇ ਜਿੱਥੇ ਸਮੇਂ ਦੀਆਂ ਸਰਕਾਰਾਂ ਦੀ ਬਦਨੀਤੀ ਸਪਸ਼ਟ ਨਜ਼ਰ ਆਉਂਦੀ ਹੈ ਉੱਥੇ ਸਿੱਖ ਕੌਮ ਵਿਚਲੀ ਫੁੱਟ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਧੜੇਬੰਦੀ ਕਰਕੇ ਕੌਮ ਦੀ ਹੋਈ ਮੰਦਹਾਲੀ ਅਤੇ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਗਿਆਨੀ ਰਘਵੀਰ ਸਿੰਘ ਜੀ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਹੁਣ ਤੱਕ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਸਕੇ ਤਾਂ ਦਾਸ ਆਪ ਜੀ ਨੂੰ ਸੱਦਾ ਦਿੰਦਾ ਹਾਂ ਕਿ ਮੈਂ ਖੁਦ ਮਿਤੀ 29 ਜੁਲਾਈ ਨੂੰ 11 ਵਜੇ ਅਕਾਲ ਤਖ਼ਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਤੁਹਾਡੀ ਉਡੀਕ ਕਰਾਂਗਾ ਤਾਂ ਕਿ ਕੌਮ ਦੀ ਵਿਗੜੀ ਸੰਵਾਰਨ ਲਈ ਕੌਮੀ ਏਕਤਾ ਬਾਰੇ ਵਿਚਾਰ ਕਰਕੇ ਕੋਈ ਠੋਸ ਉੱਦਮ ਉਪਰਾਲਾ ਕੀਤਾ ਜਾ ਸਕੇ। ਇਸ ਮੌਕੇ ਭਾਈ ਧਿਆਨ ਸਿੰਘ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਵੀ ਅਸੰਭਵ ਨਹੀਂ ਹੁੰਦਾ ਜੇ ਤੁਹਾਡੇ ਮਨ ਦੀ ਭਾਵਨਾ ਠੀਕ ਹੋਵੇ। ਹਰ ਮਸਲੇ ਦਾ ਹੱਲ ਜਿਹੜਾ ਹੈ ਉਹ ਨਿਕਲਦਾ ਹੈ। ਜਦੋਂ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਿਰਾਸ਼ ਹੋ ਜਾਂਦੇ ਆ ਜਾਂ ਦੁਬਿਧਾ ਵਿੱਚ ਫਸ ਜਾਂਦੇ ਆ ਤੇ ਫਿਰ ਉਹ ਤੁਹਾਡਾ ਕੰਮ ਸਿਰੇ ਨਹੀਂ ਲੱਗਦਾ। ਉਹਨਾਂ ਚਿਰ ਉਮੀਦ ਨਹੀਂ ਛੱਡਣੀ ਚਾਹੀਦੀ ਜਿੰਨਾ ਚਿਰ ਤੁਹਾਡੀ ਮੰਜ਼ਿਲ ਜਿਹੜੀ ਹੈ ਉਹ ਤੁਹਾਨੂੰ ਮਿਲ ਨਹੀਂ ਜਾਂਦੀ। ਦਾਸ ਨੂੰ ਗੁਰੂ ਦੀ ਸੰਗਤ ਦੇ ਉੱਤੇ ਤੇ ਆਪਣੇ ਗੁਰੂ ਦੇ ਉੱਤੇ ਆਪਣੇ ਆਪ ਦੇ ਉੱਤੇ ਇੰਨਾ ਕੁ ਭਰੋਸਾ ਹੈ ਕਿ ਜੋ ਕਿਹਾ ਜਾ ਰਿਹਾ ਹੈ, ਜੋ ਤੁਸੀਂ ਸੁਣ ਰਹੇ ਹੋ ਉਹ ਬਿਲਕੁਲ ਦਿਲੋਂ ਕਿਹਾ ਜਾ ਰਿਹਾ, ਉਹ ਪੰਜਾਬ ਤੇ ਪੰਥ ਦੇ ਭਲੇ ਲਈ ਕਿਹਾ ਜਾ ਰਿਹਾ। ਜਿਹੜਾ ਮੇਰਾ ਫਰਜ਼ ਹੈ, ਜਿਹੜੀ ਮੇਰੀ ਸੇਵਾ ਲਈ ਹੈ, ਨਿਰਪੱਖਤਾ ਦੇ ਨਾਲ ਮੈਂ ਉਹਨੂੰ ਨਿਭਾਉਣ ਦਾ ਯਤਨ ਕਰ ਰਿਹਾ। ਹਾਂਜੀ, ਕੋਈ ਨਹੀਂ, ਅਸੀਂ ਉੱਥੇ ਇੱਕ ਘੰਟਾ 2 ਘੰਟੇ ਬੈਠਾਂਗੇ, 11 ਤੋਂ 1 ਵਜੇ ਤੱਕ। ਤੇ ਬਾਕੀ ਦੇਖੋ, ਗੱਲ ਇਸ ਤਰ੍ਹਾਂ ਵਾ, ਮੁੱਢ ਤੋਂ ਤੁਰਨ ਲੱਗੇ ਆ। ਮੈਂ ਕਦੀ ਵੀ ਨਹੀਂ ਚਾਹੁੰਦਾ ਕਿ ਅਕਾਲ ਤਖ਼ਤ ਸਾਹਿਬ ਤੋਂ ਸਿੱਖਾਂ ਵਾਸਤੇ 2 ਹੁਕਮ ਜਾਰੀ ਹੋਣ। ਬੇਸ਼ੱਕ ਸਰਬੱਤ ਖਾਲਸਾ ਹੋ ਗਿਆ, ਅਸੀਂ ਬਣ ਗਏ, ਉਹਨਾਂ ਨੇ ਆਪਣੇ ਰੱਖੇ, ਕਈਆਂ ਮੁਸ਼ਕਲਾਂ ਦੇ ਸਾਹਮਣੇ ਸਾਨੂੰ ਕਰਨੇ ਪਏ, ਕਈ ਦੁਬਿਧਾ ਦੇ ਵਿੱਚ ਉਹ ਫਸੇ, ਸਾਰਾ ਕੁਛ। ਪਰ ਕੁੱਲ ਮਿਲਾ ਕੇ ਜੋ ਨੁਕਸਾਨ ਹੋਇਆ ਉਹ ਸਾਡੀ ਕੌਮ ਦਾ ਹੋਇਆ, ਸਾਡੇ ਪੰਥ ਦਾ ਹੋਇਆ। ਮੈਂ ਇੱਥੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਵਾਂ। ਦੇਖੋ, ਮੇਰਾ ਯਤਨ ਆ ਅਤੇ ਮੈਨੂੰ ਉਮੀਦ ਵੀ ਹੈ, ਮੈਨੂੰ ਉਮੀਦ ਵੀ ਆ ਕਿ ਇਹ ਗੱਲ ਚੱਲੂਗੀ। ਮੰਨ ਲਓ ਕੋਈ ਰਿਸਪੌਂਸ ਜਾਂ ਕੋਈ ਹੰਗਾਰਾ ਨਹੀਂ ਮਿਲਦਾ, ਇਹ ਦੁਨੀਆ ਭਰ ਵਿੱਚ ਵੱਸਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵਿੱਚ ਮੇਰੇ ਯਤਨਾਂ ਦੀ ਇੱਕ ਇੱਕ ਗੱਲ ਜਿਹੜੀ ਹਮੇਸ਼ਾ ਜਾਂਦੀ ਰਹੂਗੀ। ਜਿਹੜੇ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ, ਸਾਡੀ ਮਤਲਬ ਪੰਥ ਨਾਲ ਜੁੜੇ ਨੇ, ਦਰਦ ਰੱਖਦੇ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਨੇ, ਮੈਂ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਦੇ ਥੱਲੇ, ਇੱਕ ਪਲੇਟਫਾਰਮ ਦੇ ਥੱਲੇ ਇਕੱਠਾ ਕਰਕੇ, ਐਸ ਜੀ ਪੀ ਸੀ ਦਾ ਵੀ ਇੱਕ ਹੁਕਮ,
ते अकाल तख्त साहब का भी एक हुक्म है, ये जिहड़ा वा इहनू लागू करवाउणा चाहुणा है ते संगतां दे राहीं। मैनूं उम्मीद है बेशक अज किसे दे विचार किसे नाल मिलदे आ जां नहीं मिलदे, ये भांडे हुंदे ने रसोई दे खड़कदे ने आवाज़ आउंदी आ, पर भांडे कदी खराब नहीं हुंदे जे उहनां नूं साफ कीता जावे। असीं सारिआं दी मिहनत करांगे क्योंकि दास जथेदार इहो जिहा वा इकला तख्त दे उत्ते बैठ के हुक्म नहीं सुनाउंदा, इह संगत विच भी विचरदा है, संगत विच भी इह जांदा है। मैं कल्ले पंथ की एकता वास्ते कौम की एकता वास्ते जिवें मान लो कल नूं एस जी पी सी दीआं चोणां आउंदीआं ने, हुण इन्हां चोणां दे विच सारे पंथ नूं इकट्ठा करना साडा इलैक्शन की होवे, साडी सिलैक्शन भी हो सकदी है। जतन करांगे और सारिआं दा हथ पल्ला जोड़ के असी सारिआं नूं इक प्लेटफार्म दे उत्ते इकट्ठा करांगे। मैं तां इत्थों तक भी जाके गल करूँगा भी देखो भाई गल मेरी नहीं है, गल कौम दी है, गल पंथ दी है, गल ग्रंथ दी है। ग्रंथ साडा रूड़ियां ते गलियां दे विच रुलिया है। बेशक मैनू कोई भाई जथेदार मनदा जां नहीं मनदा, मैं एक सिख जरूर हाँ, मैं तुहाड़ी पैरां दे उत्ते पग रखण आया अज पंथ नूं, अज अपनी नौजवानी नूं जिहड़ी पंजाब तों नाराज़ हो के बाहर जा रही है, जिहड़ी नशियां विच डुब गई है, अज सानूं इहनूं बचाउण दी लोड़ आ ते अज साडे ग्रंथ नूं साडे पंथ नूं बचाउण दी लोड़ आ। होवो इकत्तर, मिलो मेरे भाई, दुबधा दूर करो लिवलाए। ये असीं हुण अपने दिल दे उत्ते पत्थर धरे ने, सानू किसे बेअदबी दा किसे ने पूरा इंसाफ नहीं दिता, पर दुश्मन अज भी चालां चलदा, अज भी सानू टुंब टुंब के सूईयां मारदा पिया वा, अज भी बेअदबियां नहीं रुकियां। इहदा इह तां ही रुकणियां जे खालसा पंथ जिहड़ा उह इकट्ठा होऊगा। मैनू शाह मुहम्मद दीआं कुछ लाइनां याद आ रहीआं है ना। शाह मुहम्मद कहिंदा, शाह मुहम्मद दा अंत नूं उही होना, शाह मुहम्मद दा अंत नूं उही होना जो करूगा खालसा पंथ मियां। वो केड़ा खालसा पंथ है? मैं वो खालसे पंथ दी तलाश करके पूरी दुनिया दे रूबरू इहनूं करना चाहुंदा है, ये मेरा सुपना। देखो मैं बड़ी निम्रता सा नाल ये गल कह रहा है, 6 जून नूं चलो सानू तो उत्थे बहुता नेड़े नहीं फड़कन दिंदे, जो ज्ञानी हरप्रीत होना ने शब्दावली वरती है ते मैं समझदा है कि उहदे पिछे उहनां दा कोई दर्द आ, ते इस करके मैं आख्या भी जदों उह भी अपील कर रहे ने असीं भी कर रहे हैं, एक दे दो असीं इस काम वास्ते तैयार हाँ, तो फिर दो तो एक करना भी अज साडा फर्ज ही बनता है, इहदे विच किसे विचोले जां दूजे तीजे की लोड़ नहीं हैगी। देखो तुसीं जदों भीड़ चो लंघदे आ ना, रब ने तुहानूं कन्न दित्ते आ, आसे पासे दा आवाजा रौला रप्पा शोर शराबा तुहानूं सुणदा वा, ते जदों तुसीं अपने कन्न खुले रखदे आ ते तुहानूं पता लग जांदा वी आह जिहड़ी संगत इत्थे विच रही है की कर रही है। मैनूं आवाज सुनी है जी, वी मैं उस आवाज दे मुताबक अपना फर्ज समझिया। देखो गल इस तरह वा भी मेरी एक आदत आ, सहयोग तो सारे का लेना सी, की पता वो साडे नालों वध सहयोग दे देण, पर मैं जथेदार श्री अकाल तख्त साहब नूं बेनती कीती है कि दोवें जणे गल करांगे, तीजा कोई बंदा विच नहीं बैठूगा। जे वह होंदे तो मैं उन्हां नाल बैठना सीगा, वह बदल गए ने,
ये आए ने ज्ञानी रघबीर सिंह जी, मैं इन्हां नाल बैठना, असीं भरावां वांगू पंथ दा दर्द जिहड़ा एक दूजे नाल सांझा करांगे, उहदे विचों की सप निकलदा वा। ये अजे समें दे गर्भ दे विच सारीआं गल्लां ने। सो दिलों आपां ये चाहुंदे आं ते दिलों करन जा रहे। असीं ना जी, उह जिहड़ी मुख्यमंत्री ने भगवंत सिंह मान ने चिट्ठी सानू आपदे MLA भेज के भेजी है, असीं उहनूं कल खोलना वा। कल खोल के असीं उहनूं पढ़ांगे की किहा वा, उहदे ते विचार करांगे, उस तो बाद एक डेट देवांगे, उस डेट दे उत्ते फैसला। हाँ जी, इस तो बाद ही होगा। हाँ जी, लैनी है सारा कुछ करना। अमृतसर तो सुनील खोसला की रिपोर्ट।